ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਰੋਲੀ ਕਲਾਂ ਵਿਖੇ ਫੱਗਣ ਮਹੀਨੇ ਦੀ ਸੰਗਰਾਂਦ ਦਾ ਪਾਵਨ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ NRI ਵੀਰਾਂ ਅਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ, ਜਿਸ ਵਿੱਚ ਹਜੂਰੀ ਰਾਗੀ ਭਾਈ ਲਖਵੀਰ ਸਿੰਘ ਜੀ, ਹਜੂਰੀ ਰਾਗੀ ਜਥਾ ਭਾਈ ਸੁਖਜੀਤ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਵਾਲੇ, ਕਥਾਵਾਚਕ ਭਾਈ ਅੰਮ੍ਰਿਤਪਾਲ ਸਿੰਘ ਜੀ ਭੋਗਪੁਰ ਵਾਲੇ, ਕੀਰਤਨੀ ਜਥਾ ਭਾਈ ਪਰਮਜੀਤ ਸਿੰਘ ਵਾਲੇ ਅਤੇ ਢਾਡੀ ਜਥਾ ਜਥੇਦਾਰ ਗੁਰਦਿਆਲ ਸਿੰਘ ਜੀ ਲਖਪੁਰ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਕੀਰਤਨ ਦੁਆਰਾ ਜਿਹੜਾ ਨਿਹਾਲ ਕੀਤਾ। ਆਓ ਦਿਖਾਉਂਦੇ ਹਾਂ ਇਸ ਮੌਕੇ ਦੀਆਂ ਕੁਝ ਲਾਈਵ ਤਸਵੀਰਾਂ। ਜੁੜੇ ਰਹੋ ਖਵਾਸਪੁਰ TV ਦੇ ਨਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਗਰਾਂਦ ਦੇ ਦਿਹਾੜੇ 'ਤੇ ਕਰਮਜੀਤ ਸਿੰਘ ਮਨਿਆਰ ਦੇ ਪਰਿਵਾਰ ਵੱਲੋਂ ਇੱਕ ਸਾਰੇ ਨੂੰ ਸਿੱਖ ਪਰਿਵਾਰ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਬੱਚੇ ਪੈਦਾ ਕਰੋ। ਜਿਸ ਬੱਚਾ ਤਿੰਨ ਬੱਚੇ ਹੋਣਗੇ ਉਹਨਾਂ ਨੂੰ 25,000 ਰੁਪਇਆ ਦਿੱਤਾ ਜਾਊਗਾ, ਜੇ ਚੌਥਾ ਬੱਚਾ ਹੋਊਗਾ 50,000 ਰੁਪਇਆ ਦਿੱਤਾ ਜਾਊਗਾ। ਅਤੇ ਅਸੀਂ ਗੁਰਦੁਆਰੇ ਸਾਹਿਬ ਵੱਲੋਂ, ਜੋ ਸਿੱਖਾਂ ਦੀ ਸਾਡੀ ਗਿਣਤੀ ਦੋ ਦਿਨ ਘਟੀ ਜਾ ਰਹੀ ਆ, ਇਸ ਕਰਕੇ ਅਸੀਂ ਗੁਰਦੁਆਰਾ ਸਾਹਿਬ ਵੱਲੋਂ ਵੀ 25,000 ਰੁਪਇਆ ਦਿਆਂਗੇ ਚੌਥੇ ਬੱਚੇ 'ਤੇ। ਅਸੀਂ ਸਾਡੀ ਸੋਚ ਇਹ ਆ ਵੀ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਹੋਵੇ, ਵੱਧ ਤੋਂ ਵੱਧ ਸਿੱਖੀ ਪ੍ਰਭਾਵਿਤ ਹੋਵੇ, ਅਤੇ ਜਿਹੜਾ ਸਿੱਖਾਂ ਦਾ ਵਜੂਦ ਸਾਰੀ ਦੁਨੀਆਂ 'ਚ ਹੋਵੇ। ਅਸੀਂ 75,000 ਰੁਪਇਆ ਕਰਮਜੀਤ ਸਿੰਘ ਮਨਿਆਰ ਪਰਿਵਾਰ ਵੱਲੋਂ ਦਿੱਤਾ ਜਾਊਗਾ, 25,000 ਰੁਪਇਆ ਚੌਥੇ ਬੱਚੇ 'ਤੇ ਗੁਰਦੁਆਰਾ ਸਾਹਿਬ ਵੱਲੋਂ ਦਿੱਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।